ਸਤਿ ਸ਼੍ਰੀ ਅਕਾਲ ਸਾਰੇ ਬਾਈਆਂ ਨੂੰ ਯੂਟਿਊਬ ਚੈਨਲ ਵਾਲਿਆਂ ਨੂੰ। ਹੋਰ ਸੁਣਾਓ ਬਾਈ ਜੀ, ਕੀ ਹਾਲ ਚਾਲ ਹੈ? ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹੋਰ ਬਾਈ, ਇੱਧਰ ਵਿਹਲੇ ਬੈਠੇ ਹਾਂ, ਝੋਨਾ ਸੱਟਿਆ ਆ ਮੰਡੀ, ਬਾਕੀ ਵੇਖੋ ਕੀ ਬਣਦਾ ਹੋਣਾ। ਅਤੇ ਬੱਦਲ ਆਪਣੇ ਬਣਿਆ ਹੈ, ਪਾਉਂਦੇ ਤੁਹਾਨੂੰ ਬੱਦਲ ਵੀ, ਅਤੇ ਤੁਸੀਂ ਦੱਸਿਆ ਕਿਵੇਂ ਤੁਹਾਡੇ ਬੱਦਲ ਬਣਿਆ ਜਾਂ ਨਹੀਂ ਬਣਿਆ। ਇਸ ਟਾਈਮ ਇਸ ਵਾਲੇ ਕੁਰਸੀਆਂ 'ਤੇ ਬਹਿ ਜਾਈਦਾ, ਆਣ ਕੇ ਬਾਈ ਜੀ ਗੱਲਾਂ ਬਾਤਾਂ ਮਾਰੀ ਦੀਆਂ ਨੇ ਅੱਧਾ ਕੁ ਘੰਟਾ, ਅਤੇ ਵਧੀਆ ਵਾਈ ਜੂ ਇਹ ਕਰਕੇ ਫਿਰ ਘਰ ਚਲੇ ਜਾਈਦਾ ਰੋਟੀ ਰੂਟੀ ਖਾਣ। ਸ਼ਾਮਾਂ ਵੇਲੇ ਇੱਥੇ ਹੀ ਰੌਣਕ ਪੂਰੀ ਲੱਗਦੀ ਹੁੰਦੀ ਆਪਣੇ, ਅਤੇ ਗਾਂ ਤੁਹਾਨੂੰ ਦੱਸਦੀ ਹਾਂ। ਆਹ ਵੇਖੋ ਬਾਈ ਜੀ, ਪੂਰਾ ਬੱਦਲ ਬਣਿਆ ਅਤੇ ਮੀਂਹ, ਅੱਜ ਚਾਂਸ ਹੈਗੇ ਨੇ ਮੰਡੀ ਝੋਨਾ ਸੱਟਿਆ ਆ, ਵੇਖੋ ਹੁਣ ਕੀ ਬਣਦਾ ਕੀ ਨਹੀਂ, ਚਾਂਸ ਪੂਰੇ ਨੇ ਮੀਂਹ ਦੇ। ਉਹ ਸਾਹਮਣੇ ਆਪਣੇ ਵੀਰ ਇੱਕ ਦਾ ਵਿਆਹ ਹੈ, ਅਤੇ ਇੱਕ ਆਪਣਾ ਬਾਈ ਲਗਾ ਹੁੰਦਾ ਗੱਲਾਂ ਬਾਤਾਂ ਮਾਰਨ, ਕਮਾਂਡੋ ਸਾਹਿਬ ਅਜੇ ਲੱਗੇ ਹੁੰਦੇ ਨੇ, ਉਹ ਵੱਡੇ ਕਮਾਂਡੋ ਸਾਹਿਬ ਤਗੜੇ, ਕੰਮ ਕੋਈ ਵੀ ਨਹੀਂ ਕਰਦਾ ਸੀ, ਸਾਰੇ ਵਿਹਲੇ ਬਾਈ ਜੀ। ਗੱਡੀ ਬਾਈ ਨੇ ਲਈ ਸਵਿਫਟ, ਤੇ ਘੁੰਮਦਾ ਰਹਿੰਦਾ 24 ਘੰਟੇ। ਕੰਮ ਪੱਠੇ ਇੱਕ ਦਿੱਤਾ, ਜੇ ਕਹਿ ਦਿੰਦੇ ਨਾ ਪੱਠੇ ਨਹੀਂ ਵੱਟਦਾ ਬਾਈ। ਇੱਕ ਆਪਣਾ ਇੱਧਰ ਕਮਾਂਡੋ ਸਾਹਿਬ ਵੇਖੋ ਟੋਰ, ਇੱਧਰ ਵੇਖੋ ਬਾਈ ਜੀ ਆਪਣੇ ਘਰ ਦੇ ਮਗਰ ਲੱਗੀ, ਕੋਈ ਸਰਕਾਰ ਸਕੂਲ ਦੀ ਨਹੀਂ ਚੱਲਣੀ ਇੱਥੇ, ਭੈਣ ਜੱਟਾਂ ਦੀ ਚੱਲਣੀ, ਜੱਟਾਂ ਦੀ ਇੱਥੇ ਠੋਕੋ ਚੁੱਪ ਕਰਕੇ ਅੱਗ, ਕੋਈ ਚੱਕਰ ਹੀ ਨਹੀਂ, ਪਰਵਾਹ ਹੀ ਨਹੀਂ ਕਿਸੇ ਵੀ ਗੱਲ ਦੀ। ਵੇਖੋ ਇੱਧਰ ਨਜ਼ਾਰਾ, ਆਹ ਵੇਖੋ ਬਾਈ ਜੀ, ਉਦੋਂ ਭਰਾ ਆਪਣੇ ਨੇ ਅੱਗ ਲਾਈ, ਅਤੇ ਉਦੋਂ ਬਾਅਦ ਬਸ ਅੱਧਾ ਕੁ ਘੰਟਾ ਇਹ ਤੋਂ ਬਾਅਦ ਸਟਾਰਟ ਹੋ ਗਿਆ ਮੀਂਹ ਪੈਣਾ, ਸ਼ੁਰੂ ਹੋ ਗਿਆ, ਬਹੁਤ ਹੀ ਜ਼ਿਆਦਾ ਪੈਂਦਾ ਪਿਆ ਮੀਂਹ। ਬਾਕੀ ਵੇਖੋ ਕੀ ਬਣਦਾ ਜੀ ਹੁਣ, ਆਪਾਂ ਤੱਪੜ ਤੁੱਪੜ ਪਾ ਆਏ ਮੰਡੀ ਬਾਈ, ਕਹਿੰਦਾ ਹੁਣ ਅੱਧੇ ਘੰਟਾ ਹੋ ਚੱਲਿਆ ਬਾਈ ਜੀ ਪੈਂਦੇ ਨੂੰ। ਉਦੋਂ ਬਾਅਦ ਮੈਂ ਅੱਗ ਲਾਉਣ ਤੋਂ ਬਾਅਦ ਅੱਧੇ ਕੁ ਘੰਟੇ ਬਾਅਦ ਮੈਂ ਸਟਾਰਟਿੰਗ ਹੋ ਗਈ ਸੀ, ਵੇਖੋ ਹੁਣ ਬਹੁਤ ਹੀ ਪੈਂਦਾ ਪਿਆ, ਤੇਜ਼ ਹੋਈ ਜਾਂਦਾ ਹੌਲੀ ਹੌਲੀ। ਪਹਿਲਾਂ ਥੋੜ੍ਹੀਆਂ ਥੋੜ੍ਹੀਆਂ ਕਣੀਆਂ ਡਿੱਗੀਆਂ ਸੀ, ਅਸੀਂ ਕਿਹਾ ਚਲੋ ਕੋਈ ਨਹੀਂ, ਪਰ ਹੌਲੀ ਹੌਲੀ ਹੁਣ ਤੇਜ਼ ਹੋਣ ਲੱਗ ਗਿਆ ਬਹੁਤ ਹੀ ਜ਼ਿਆਦਾ। ਵੇਖੋ ਹੁਣ ਬਾਕੀ ਦਾ ਵਲੋਗ ਤੁਹਾਨੂੰ ਵਿਖਾਵਾਂਗੇ ਸਵੇਰੇ, ਅਤੇ ਚੈਨਲ ਆਪਣੇ ਨੂੰ ਕਰੋ ਸਬਸਕ੍ਰਾਈਬ, ਲਾਈਕ, ਕਮੈਂਟ, ਸ਼ੇਅਰ, ਅਤੇ ਚੰਗੇ ਚੰਗਾ ਕਮੈਂਟ ਕਰਿਆ ਕਰੋ। ਬਾਈ ਆਉਂਦੇ ਨੇ, ਵੀਡੀਓ ਵੱਡੀ ਬਣਾਓ, ਬਣਾਵਾਂ ਕਰਾਂਗੇ ਬਾਈ ਜੀ, ਜਿੰਨੀ ਕੁ ਗੱਲਬਾਤ ਤੁਹਾਨੂੰ ਪਤਾ ਹੁੰਦੀ ਫਿਰ ਉਨੇ ਕੁ ਵੀਡੀਓ ਬਣਦੀ ਆ, ਵੱਡੀਆਂ ਵੀਡੀਓ ਵੀ ਬਣਾਵਾਂ ਕਰਾਂਗੇ, ਟੈਨਸ਼ਨ ਨਾ ਲਵੋ। ਅਤੇ ਬਾਕੀ ਫਿਰ ਕਰਦੇ ਹਾਂ ਬਾਈ ਜੀ ਗੱਲ ਅਗਲੇ ਵਲੋਗ 'ਚ, ਨਵੇਂ 'ਚ ਜਦੋਂ ਬਣਾਵਾਂਗੇ, ਠੀਕ ਹੈ? ਅੱਜ ਦਾ ਵਲੋਗ ਆਪਾਂ ਬਾਈ ਜੀ ਇੱਥੇ ਹੀ ਖਤਮ ਕਰਦੇ ਹਾਂ, ਵੇਖੋ ਪਈ ਜਾਂਦਾ ਮੀਂਹ।